ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਇੱਕ ਨਵੇਂ ਵਲੌਗ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਤੁਸੀਂ ਮੇਰੇ ਵਲੌਗਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅਤੇ ਸਬਸਕ੍ਰਾਈਬਰ ਨਹੀਂ ਵੱਧਦੇ ਪਏ ਬਸ ਸਬਸਕ੍ਰਾਈਬਰ ਵਧਾ ਦਿਉ ਵੀਰੋ ਮੇਰੇ ਹੋ ਕੋਈ ਬਾਬਾ ਬੂਬਾ ਲੱਭੋ ਕੋਈ ਘੈਂਟ ਜਿਹਾ ਜਿਹੜਾ ਆਸ਼ੀਰਵਾਦ ਦੇ ਗਏ ਅਤੇ ਸਬਸਕ੍ਰਾਈਬਰ ਵਧਾ ਦੇ ਆਪਣੇ ਇੰਦਰਜੀਤ ਨਿੱਕੂ ਵਾਲੇ ਨਾਲ ਸੰਪਰਕ ਕਰਨਾ ਪੈਣਾ ਲੱਗਦਾ ਕੋਈ ਡੇਰੇ ਵਾਲਾ ਲੱਭਣਾ ਪੈਣਾ ਅਤੇ ਲਾਈਟ ਹੈਗੀ ਆ ਜੀ ਗ੍ਰੀਨ ਅਤੇ ਆਪਾਂ ਚੱਕ ਰਹੇ ਹਾਂ ਲੋਡ ਅਤੇ ਲੋਡ ਚੱਕ ਕੇ ਅਤੇ ਆਪਾਂ ਨਿਕਲ ਜਾਣਾ ਇੱਥੋਂ ਬਾਅਦ 15-16 ਘੰਟੇ ਦਾ ਰਾਹ ਵਾ ਜਿੱਥੇ ਆਪਾਂ ਲੋਡ ਲਾਉਣਾ ਵਾ ਸੋ ਮੌਸਮ ਬੜਾ ਘੈਂਟ ਆ ਆਪਾਂ ਆਏ ਹਾਂ ਪੋਰਟ 'ਤੇ ਪੋਰਟ ਏਰੀਆ ਵਾ ਇਹ ਅਤੇ ਉਧਰਲੇ ਪਾਸੇ ਆਇਆ ਅਤੇ ਮੈਂ ਇੱਧਰ ਜਾ ਕੇ ਡੋਗ ਚੈੱਕ ਕਰਕੇ ਆਉਣੀ ਸੀਗੀ ਅਤੇ ਮਤਲਬ ਕਿ ਚੈੱਕ ਕਰਕੇ ਆਉਣਾ ਚੰਗੀ ਤਰ੍ਹਾਂ ਬੈਕ ਲੱਗੀ ਕਿ ਨਹੀਂ ਫਿਰ ਉਹ ਥੱਲੇ ਉਹ ਚਿੱਕੜ ਹੋਇਆ ਉਹ ਪਾਣੀ ਜਿਹਾ ਡੂੰਘਾ ਆਉਣਾ ਹੁਣ ਮੈਂ ਗਿਆ ਹੀ ਨਹੀਂ ਬੂਟ ਗਿੱਲੇ ਪਰ ਬਾਕੀ ਮੈਨੂੰ ਲੱਗ ਰਿਹਾ ਕਿ ਪੂਰੀ ਪਰਫੈਕਟ ਲੱਗ ਗਈ ਆਪਣੀ ਬੈਕ ਅਤੇ ਸੁਬਾਹ ਦਾ ਟਾਈਮ ਆ 7:15 ਵਜੇ ਆ ਹੈ ਨਾ 7:15 ਹੋਏ ਆ ਅਤੇ ਗੁੱਡ ਵਾ ਵੈਦਰ ਬਹੁਤ ਵਧੀਆ ਲੱਗ ਰਿਹਾ ਹੈ ਨਾ ਉਹ ਉੱਤੇ ਵੀ ਪਹਾੜੀਆਂ ਵਾ ਪਹਾੜੀਆਂ ਦੇ ਪਹਾੜੀਆਂ ਜਿਹੜੀਆਂ ਧੁੰਦ ਦੇ ਵਿੱਚ ਛੁਪੀਆਂ ਹੋਈਆਂ ਵਾ ਹੈ ਨਾ ਫੋਗ ਬਹੁਤ ਆ ਅਤੇ ਬਾਕੀ ਘੈਂਟ ਆ ਮੌਸਮ ਅਤੇ ਟਰੱਕ ਦਿਖਾਉਂਦਾ ਤੁਹਾਨੂੰ ਕੋਈ ਨਹੀਂ ਆਇਆ ਇੱਥੇ ਅਜੇ ਵੀਰ ਮੇਰਾ ਕੋਈ ਵੀਰ ਭਰਾ ਕੋਈ ਨਹੀਂ ਆਇਆ ਇੱਥੇ ਲੋਡ ਚੱਕਣ ਲਈ ਸਿਰਫ ਮੈਂ ਇਕੱਲਾ ਖੜਾ ਆਉਂਦੇ ਡੋਗ ਦੇ ਦਿੱਤੇ ਅਜੇ ਮੈਂ ਅੰਦਰ ਚੈੱਕ ਹੀ ਨਹੀਂ ਕੀਤਾ ਜਾ ਕੇ ਕਹਿੰਦੇ 8 ਡੋਗ ਦੇ ਬੈਗ ਲਾ ਦੇ ਸੋ ਮੈਂ ਇੱਥੇ ਬੈਗ ਲਾ ਤੀ ਅਤੇ ਗੁੱਡ ਲੱਗੀ ਆ ਬੈਗ ਅਤੇ ਵਧੀਆ ਇਹਦੀ ਲਾਈਟਾਂ ਰਿਪੇਅਰ ਕਰਾਉਣ ਵਾਲੀਆਂ ਬਸ ਤੁਹਾਨੂੰ ਦਿਖਾਉਂਦਾ ਆਹੀ ਬਸ ਰਿਪੇਅਰ ਹੋ ਜਾਏ ਕਰ ਇੰਸ਼ੋਰੈਂਸ ਕਲੇਮ ਲਿਆ ਹੋਇਆ ਪਤਾ ਨਹੀਂ ਮਿਲਿਆ ਇੰਸ਼ੋਰੈਂਸ ਕਲੇਮ ਕਿ ਨਹੀਂ ਮਿਲਿਆ ਅਤੇ ਬਾਕੀ ਦੇ ਓਕੇ ਆ ਅਤੇ ਉਹ ਵਧੀਆ ਨਜ਼ਾਰਾ ਸਾਰਾ ਘੈਂਟ ਨਜ਼ਾਰਾ ਦੇਖ ਰਿਹਾ ਵਧੀਆ ਚੱਲ ਮੈਂ ਥੋੜ੍ਹਾ ਸੌਣਾ ਫਿਰ ਹੋਰ ਕਰ ਵੀ ਕੀ ਸਕਦੇ ਹਾਂ ਮੈਂ ਲੱਗਾ ਸੌਣ ਅਤੇ ਚਲੋ ਬਾਬੇ ਲੋਡ ਚੱਕ ਕੇ ਅਤੇ ਬਾਕੀ ਦੀ ਗੱਲਬਾਤ ਆਪਾਂ ਰਸਤੇ 'ਤੇ ਜਾਂਦੇ ਜਾਂਦੇ ਕਰਦੇ ਹਾਂ ਟਰੱਕ ਸਟੋਪ 'ਤੇ ਰੁਕਿਆ ਸੀਗਾ ਬ੍ਰੇਕ ਪਾਉਣ ਲਈ ਅਤੇ ਮੀਂਹ ਸੌਣ ਦੀ ਝੜੀ ਲੱਗ ਗਈ ਸੌਣ ਦੀ ਝੜੀ ਜਦੋਂ ਮੈਂ ਲਾਇਆ ਪਾਰਕ ਲਾਉਣ ਲੱਗਾ ਸੀ ਨਾ ਬਾਹਲਾ ਬਿਜ਼ੀ ਸਟੋਪ ਸੀ ਇਹ ਰਾਹ ਹੀ ਨਹੀਂ ਦਿੰਦਾ ਸੀ ਕੋਈ ਮੈਂ ਪਹਿਲਾਂ ਇੱਥੇ ਬੈਕ ਲਾਉਣੀ ਸੀਗੀ ਇਹਦੇ ਨਾਲ ਹੈ ਨਾ ਉਧਰੋਂ ਮੂੰਹ ਕਰਕੇ ਅਤੇ ਅੱਗੇ ਇੱਕ ਟਰੱਕ ਹੀ ਗੋਰੀ ਕਾਲੀ ਸੀਗੀ ਗੋਰੀ ਨਹੀਂ ਸੀ ਕਾਲੀ ਸੀਗੀ ਉਹ ਬੈਸੀ ਜਾਵੇ ਕਹਿੰਦੀ ਹੋਰ ਕਿਤੇ ਲਾ ਲਾ ਮੈਂ ਨਹੀਂ ਲਾਉਣ ਦੇਣੀ ਫਿਰ ਮੈਂ ਹੋਰ ਕਿਤੇ ਜਾ ਕੇ ਅੱਗੇ ਜਾ ਕੇ ਇੱਕ ਪਾਰਕਿੰਗ ਦੇ ਵਿੱਚ ਲਾਇਆ ਟਰੱਕ ਬਾਹਲੇ ਬੈਸਦੇ ਆ ਗਏ ਯਾਰ ਇਹਦੇ ਪੋਲ ਨਾਲ ਵੱਜੀ ਜਾਂਦਾ ਸੀ ਮੇਰਾ ਟਰੱਕ ਟ੍ਰੇਲਰ ਅਤੇ ਆੜੇ ਪੋਲ ਨਾਲ ਵੱਜਦਾ ਸੀ ਇੱਧਰ ਉੱਧਰੋਂ ਉਹ ਸਾਹਮਣੇ ਪੀਲੇ ਟਰੱਕ ਲੱਗੇ ਦਾ ਟਰੱਕ ਖੜਾ ਸੀ ਆਉਣ ਨਾ ਦੇਵੇ ਬੈਕ ਮੈਂ ਕਿਹਾ ਚੱਲ ਕੋਈ ਨਾ ਗੁੱਡੀਏ ਆਪਾਂ ਅੱਗੇ ਲਾ ਲੈਂਦੇ ਹਾਂ ਹੋਰ ਕੀ ਆ ਅਤੇ ਆਹ ਲੱਗਾ ਆਪਣਾ ਟਰੱਕ ਹੁਣ ਮੇਰਾ ਲੱਗਦਾ ਸਕੇਲ ਵੀ ਕਰਾ ਹੀ ਲਈਏ ਸਕੇਲ ਕਰਾਉਣੀ ਵੀ ਜ਼ਰੂਰੀ ਆ ਭਾਰ ਕਿਤੇ ਓਵਰ ਨਾ ਹੋ ਜਾਵੇ ਕਿਤੇ ਆਪਣੇ ਕੋਲ ਪੇਪਰ ਰੋਲ ਆ ਅੱਜ ਸਾਰਾ ਕੁਝ ਕਵਰ ਕਰਕੇ ਜਾਣਾ ਪੈਂਦਾ ਬਾਹਰ ਇੰਨਾ ਮੀਂਹ ਪੈ ਰਿਹਾ ਆਹ ਜੈਕਟ ਦਾ ਫਾਇਦਾ ਬਹੁਤ ਹੈ ਇਹਦੇ ਉੱਤੇ ਪਾਣੀ ਜਿਹੜਾ ਨਾ ਇਹ ਜੈਕਟ ਗਿੱਲੀ ਨਹੀਂ ਰਹਿੰਦੀ ਪਾਣੀ ਜਿਹੜਾ ਥੱਲੇ ਡਿੱਗਦਾ ਰਹਿੰਦਾ ਸਨੋਅ ਦੇ ਵਿੱਚ ਵੀ ਬੜੀ ਵਧੀਆ ਚੀਜ਼ ਆ ਇਹ ਸਨੋਅ ਡਿੱਗੂਗੀ ਥੱਲੇ ਰੇੜੀ ਜਾਊਗੀ ਸੋ ਬਾਹਲੀ ਘੈਂਟ ਚੀਜ਼ ਆ ਅਤੇ ਬਾਕੀ ਮੇਰੇ ਵੀਰ ਜਿਨ੍ਹਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜ਼ਰੂਰ ਕਰ ਲਓ ਹੁਣ ਵਾਲ ਸੁਕਾਉਣੇ ਪੈਣੇ ਦੁਬਾਰਾ ਅੱਗੇ ਮੈਂ ਟਰਾਇਲ ਮਾਰ ਕੇ ਆਇਆ ਵਾਲਾਂ ਦੇ ਅਤੇ ਦੁਬਾਰਾ ਸੁਕਾਉਣੇ ਪੈਣੇ ਚਲੋ ਨਿਕਲਦੇ ਆਪਾਂ ਹੁਣ ਲੋ ਵੀ ਹੁਣ ਆਪਣਾ ਟਾਈਮ ਹੋ ਗਿਆ ਸਕੇਲ ਕਰਾਉਣ ਦਾ ਮੈਂ ਲੋਡ ਇੱਥੋਂ ਲਾਗੋ ਹੀ ਚੱਕਿਆ ਸੀਗਾ ਤੇ ਸਭ ਨਾਲੋਂ ਪਹਿਲਾਂ ਪੰਪ ਇਹੀ ਆਉਂਦਾ ਤੇ ਹੁਣ ਆਪਾਂ ਸਕੇਲ ਕਰਾਵਾਂਗੇ ਸੋ ਦੇਖਦੇ ਹਾਂ ਇਹਨਾਂ ਦੇ ਪਾਰਕਿੰਗਾਂ ਵੀ ਨਹੀਂ ਹੈਗੀਆਂ ਸਕੇਲ ਤੋਂ ਬਾਅਦ ਇਹਦੇ ਬਾਕੀਆਂ ਦੀਆਂ ਪਾਰਕਿੰਗਾਂ ਬਣੀਆਂ ਹੁੰਦੀਆਂ ਸਕੇਲ ਤੋਂ ਬਾਅਦ ਕੀ ਤੁਸੀਂ ਪਾਰਕ ਕਰਕੇ ਤੇ ਆ ਕੇ ਇਹਦੇ ਟਿਕਟ ਲੈ ਜਾਇਓ ਹਨਾ ਬਟ ਹੁਣ ਹੈ ਨਹੀਂ ਇੱਧਰੋਂ ਆਪਾਂ ਸਿੱਧਾ ਹੀ ਐਂਟਰ ਹੋ ਜਾਣਾ ਤੁਹਾਨੂੰ ਦੱਸਦਾ ਕਿ ਕੀ ਕੀ ਪੁੱਛਦੇ ਆ ਹਨਾ ਉੱਥੇ ਸਕੇਲ ਵਾਲੇ ਉਹ ਵੀ ਤੁਹਾਨੂੰ ਦੱਸਦਾ
ਪਿੱਛੇ ਹੋਣਾ ਕਿਸੇ ਨੇ ਆਉਣਾ ਹੋਵੇ ਸਕੇਲ ਕਰਾਉਣ ਲਈ, ਕਿਉਂਕਿ ਮੈਂ ਅੱਗੇ ਰੁਕਣਾ ਥੋੜਾ ਟਾਈਮ, ਮੈਂ ਬਚਾ ਹੋ ਗਿਆ। ਇਹਦੇ ਨਾ ਸੁੱਚ ਲੱਗਾ ਹੁੰਦਾ ਸਾਈਡ ਤੇ, ਇੱਕ ਬਟਨ ਲੱਗਾ ਹੁੰਦਾ ਕਾਲ ਬਟਨ, ਉਹਨੂੰ ਦੱਬਣਾ ਹੁੰਦਾ ਆਪਾਂ। ਪਹਿਲਾਂ ਆਪਣੇ ਟਾਇਰ ਚੈੱਕ ਕਰ ਲੈਣੇ ਆ ਚੰਗੀ ਤਰ੍ਹਾਂ ਚੜ ਗਏ ਕਿ ਨਹੀਂ। ਹੁਣ ਟਰੱਕ ਦੀਆਂ ਬ੍ਰੇਕਾਂ ਖਿੱਚ ਕੇ ਟਰੱਕ ਨੂੰ ਕਰਕੇ ਬੰਦ, ਤੇ ਸਾਈਡ ਦੇ ਇੱਥੇ ਸਵਿੱਚ ਆ। ਫਸਟ ਵੇ ਚੈੱਕ ਨੰਬਰ 1202। Y'all set past the scale coming. Okay. ਕਹਿੰਦੀ ਕਿ ਫਸਟ ਨੇ ਫਸਟ ਵੇਟ ਔਰ ਰੀ ਵੇਟ, ਮਤਲਬ ਕਿ ਪਹਿਲੀ ਵਾਰ ਵੇਟ ਕਰਾ ਰਿਹਾ ਜਾਂ ਦੁਬਾਰਾ ਦੂਸਰੀ ਵਾਰ ਵੇਟ ਕਰਾ ਰਿਹਾ ਹੈ ਨਾ। ਮੈਂ ਕਿਹਾ ਫਸਟ ਵੇਟ, ਫਿਰ ਕਹਿੰਦੀ ਟਰੱਕ ਨੰਬਰ ਹੈ ਨਾ, ਫਿਰ ਮੈਂ ਟਰੱਕ ਨੰਬਰ ਦੱਸਿਆ ਆਪਣਾ, ਤੇ ਟਰੱਕ ਨੰਬਰ ਦੱਸ ਕੇ ਫਿਰ ਉਹਨੇ ਨੋਟ ਕਰ ਲਿਆਉਣਾ ਹੈ ਨਾ ਟਰੱਕ ਨੰਬਰ, ਤੇ ਫਿਰ ਮੈਨੂੰ ਕਹਿੰਦੀ ਅੰਦਰ ਯੂ ਆਲ ਸੈੱਟ ਆ ਗਏ ਤੇ ਅੰਦਰ ਉਹਦੇ ਲੈ ਜਾ ਟਿਕਟ ਹੈ ਨਾ। ਤੇ ਹੁਣ ਮੈਂ ਅੰਦਰ ਜਾਊਂਗਾ, ਇੱਥੇ ਪਾਰਕ ਕਰਕੇ ਪੰਪਾਂ ਦੇ ਵਿੱਚ ਹੀ ਪਾਰਕ ਕਰਕੇ ਜਾਣਾ ਪੈਣਾ ਮੈਨੂੰ, ਕਿਉਂਕਿ ਆਲੇ ਦੁਆਲੇ ਤਾਂ ਕੋਈ ਜਗ੍ਹਾ ਹੈ ਨਹੀਂ, ਤੇ ਆਪਾਂ ਐਗਜ਼ਿਟ ਵੀ ਕਰਨਾ, ਬਾਹਰ ਵੀ ਨਿਕਲਣਾ ਵਾ ਫਿਰ, ਤੇ ਫਿਰ ਆਪਣੇ ਲਈ ਥੋੜ੍ਹਾ ਜਿਹਾ ਔਖਾ ਹੋ ਜਾਣਾ, ਕਿਉਂਕਿ ਜੇ ਕੋਈ ਟਰੱਕ ਆ ਕੇ ਲੱਗ ਗਿਆ ਪਿੱਛੇ ਲੱਗ ਗਿਆ ਤਾਂ ਉਹਨੇ ਹਾਰਨ ਮਾਰਨੇ ਆ ਗਏ ਕਿ ਇੱਥੋਂ ਤੋਰ ਲਾ ਹੈ ਨਾ, ਇੱਥੋਂ ਤੋਰ ਲਾ ਤੂੰ। ਸੋ ਆਪਾਂ ਇੱਥੇ ਲਾ ਜਾਣਾ ਟਰੱਕ। ਚਲੋ ਅੰਦਰੋਂ ਸਕੇਲ ਕਢਾ ਕੇ ਲੈਂਦੇ, ਵੇਖਦੇ ਹਾਂ ਵੇਟ ਕਿੰਨਾ ਕਿੰਨਾ ਆਇਆ ਹੈ ਨਾ, ਆਪਣੇ ਕਿਹੜੇ ਕਿਹੜੇ ਐਕਸਲ ਦੇ ਕਿੰਨਾ ਕਿੰਨਾ ਵੇਟ ਆ। ਆਪਣਾ ਜਿਹੜਾ ਵੇਟ ਆ ਓਕੇ ਆਇਆ ਵਾ ਕਿ 77,500 ਗਰੋਸ ਆ ਆਪਣੀ, ਆਪਾਂ 80,000 ਚੱਕ ਸਕਦੇ ਹਾਂ। ਅਤੇ ਡਰਾਈਵ ਐਕਸਲਾਂ ਦੇ ਉੱਤੇ ਆਇਆ ਟਰੱਕ ਦੇ ਐਕਸਲਾਂ ਦੇ 33,960, ਮਤਲਬ ਕਿ 34,000 ਚੱਕ ਸਕਦੇ ਮੈਕਸੀਮਮ, ਅਤੇ ਇਹ ਵੀ ਓਕੇ ਆ। ਅਤੇ 32,100 ਜਿਹੜਾ ਆਇਆ ਵਾ ਟ੍ਰੇਲਰ ਦੇ ਐਕਸਲ ਦੇ ਉੱਤੇ ਆਇਆ, ਅਤੇ ਮਤਲਬ ਕਿ ਆਪਣਾ ਭਾਰ ਓਕੇ ਆ। ਅਤੇ ਹੁਣ ਪਾਈਏ ਆਪਾਂ ਇੱਥੋਂ ਚੱਲੇ, ਅਤੇ ਆਲ ਗੁੱਡ ਆ, ਐਵਰੀਥਿੰਗ ਇਜ਼ ਗੁੱਡ। ਜਿੱਦਾਂ ਇੱਥੇ ਭਾਰ ਜਿੰਨਾ ਲਿਖਿਆ ਨਾ, ਜੇ ਕਿਤੇ ਇੰਸਪੈਕਸ਼ਨ ਵਾਲੀ ਸਕੇਲ ਦੇ ਉੱਤੇ ਇਹਦੇ ਨਾਲ ਰਲਦਾ ਮਿਲਦਾ ਭਾਰ ਨਾ ਆਵੇ, ਜ਼ਿਆਦਾ ਆ ਜਾਵੇ ਜਾਂ ਓਵਰ ਹੋ ਜਾਵੇ ਕੁਝ ਵੀ ਆਵੇ ਹੈ ਨਾ ਬਾਈ ਚਾਂਸ ਗਲਤੀ ਨਾਲ, ਤਾਂ ਇਹ ਵਾਲੇ ਜਿਹੜੇ ਸਕੇਲ ਵਾਲੇ ਆ ਨਾ, ਕੈਟ ਦੀ ਸਕੇਲ ਵਾਲੇ ਜਿਹੜੇ ਆ, ਇਹ ਸਪੈਸ਼ਲ ਜਾਂਦੇ ਆ ਤੁਹਾਡੇ ਲਈ ਫਾਈਟ ਕਰਨ ਜਾਂਦੇ ਆ ਕੋਰਟ ਦੇ ਵਿੱਚ ਆਪਣੀ ਜਗ੍ਹਾ 'ਤੇ, ਇਹਨਾਂ ਨੇ ਫਾਈਟ ਕਰਨਾ ਵਾ, ਸਾਰਾ ਖਰਚਾ ਇਹਨਾਂ ਦਾ ਹੁੰਦਾ। ਅਤੇ ਚਲੋ ਦੋਸਤੋ ਆਪਾਂ ਨਿਕਲੀਏ ਹੁਣ ਇੱਥੋਂ। ਆਹ ਵੇਖੋ ਮੇਰੇ ਵੀਰੋ, ਮੌਸਮ ਦੇ ਸਿਰਾ ਘੈਂਟ ਆ ਚੁੱਕਾ, ਇਸ ਮੌਸਮ ਦੇ ਵਿੱਚ ਡਰਾਈਵ ਕਰਨ ਦਾ ਨਜ਼ਾਰਾ ਹੀ ਵੱਖਰਾ। ਅਤੇ ਨਾਲੇ ਤੁਸੀਂ ਆਹ ਵੇਖੋ ਦਰੱਖਤਾਂ ਦੇ ਨਾ ਰੰਗ ਥੋੜ੍ਹੇ ਥੋੜ੍ਹੇ ਚੇਂਜ ਹੋਏ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਹੈ ਨਾ, ਇੱਥੇ ਘੱਟ ਵੱਧ ਹੀ ਦੇਖਦੇ ਇੱਦਾਂ ਦੇ ਹੈ ਨਾ ਲਾਲ ਪੀਲੇ ਜੇ, ਬਟ ਸ਼ਹਿਰਾਂ ਦੇ ਵਿੱਚ ਆਪਣੇ ਬ੍ਰੈਂਪਟਨ ਟੋਰਾਂਟੋ ਏਰੀਆ ਦੇ ਵਿੱਚ ਐਂਡ ਹੀ ਲੱਗਾ ਪਿਆ। ਇਸ ਮਹੀਨਿਆਂ ਦੇ ਵਿੱਚ ਸਭ ਤੋਂ ਵੱਧ ਫੋਟੋਗ੍ਰਾਫੀ ਹੁੰਦੀ ਆ ਕੈਨੇਡਾ ਦੇ ਵਿੱਚ, ਕੈਨੇਡਾ ਅਮੈਰੀਕਾ ਦੇ ਵਿੱਚ। ਅਮੈਰੀਕਾ ਦਾ ਮੈਨੂੰ ਪਤਾ ਨਹੀਂ ਹੈ ਨਾ ਵੀ ਕਰਦੇ ਕਿ ਨਹੀਂ ਕਰਦੇ ਫੋਟੋਗ੍ਰਾਫੀ, ਨਹੀਂ ਆਪਣੇ ਵਾਲਿਆਂ ਨੂੰ ਬ੍ਰੈਂਪਟਨ ਵਾਲਿਆਂ ਨੂੰ ਬਾਹਲਾ ਕਰੇਜ ਹੁੰਦਾ, ਜਿੱਥੇ ਨਹੀਂ ਇੱਦਾਂ ਦੇ ਬੂਟੇ ਲੱਭ ਗਏ ਲਾਲ ਪੀਲੇ ਜੇ, ਉੱਥੇ ਕੱਢ ਕੇ ਫੋਟੋ ਖਿਚਾ ਦੇਣੀ, ਉੱਥੇ ਫੜ ਕੇ ਟਿਕਟੋਕ ਬਣਾ ਲੈਣੀ, ਰੀਲ ਬਣਾ ਲੈਣੀ। ਬਾਹਲਾ ਸਿਰਾ ਵੈਦਰ ਆਏ, ਬਾਹਲਾ ਸਿਰਾ, ਮਤਲਬ ਕਿ ਇਹੀ ਇੱਕ ਦਿਨ ਇੱਕ ਦੋ ਮਹੀਨੇ ਹੁੰਦੇ ਆ ਸਪਤੰਬਰ ਅਕਤੂਬਰ ਦੇ ਕਿ ਹਾਂ ਵੀ ਜਿਹਦੇ ਵਿੱਚ ਦਰੱਖਤਾਂ ਦੇ ਰੰਗ ਬਦਲਦੇ ਆ, ਐਂ ਘੈਂਟ ਜਿਹਾ ਲੱਗਦਾ ਹੈ ਨਾ ਦੇਖਣ ਨੂੰ। ਅਤੇ ਬਾਕੀ ਹੁਣ ਮੇਰਾ ਇਰਾਦਾ ਸਟਾਰਬਕਸ ਪੀਣ ਦਾ, ਅੱਗੇ ਇੱਕ ਵਾਰੀ ਮੈਂ ਡਿਸਾਈਡ ਕੀਤਾ ਸੀ ਨਾ ਪਿਛਲੇ ਵੀਕ ਦੇ ਵਿੱਚ, ਜਿਹੜਾ ਮੈਂ 16 ਦਿਨਾਂ ਦਾ ਟ੍ਰਿਪ ਲਾ ਕੇ ਆਇਆ ਸੀ, ਅਤੇ 20-22 ਮਿੰਟ ਲਾਈਨ 'ਚ ਲੱਗਣ ਤੋਂ ਬਾਅਦ ਕਹਿੰਦੇ ਜੀ ਅਸੀਂ ਕ੍ਰੈਡਿਟ ਕਾਰਡ ਨਹੀਂ ਅਸੈਪਟ ਕਰਦੇ ਬਾਏ ਐਪ ਹੈ ਨਾ, ਐਪ ਦੇ ਥਰੂ ਤੁਸੀਂ ਪੇ ਕਰੋ। ਅਤੇ ਇੱਧਰ ਸਰਵਿਸ ਪਲਾਜ਼ੇ ਵਾਲੇ ਹੁੰਦੇ ਆ ਹਾਈਵੇ ਦੇ ਉੱਤੇ ਨਾ, ਸਰਵਿਸ ਪਲਾਜ਼ੇ ਹੁੰਦੇ ਆ ਕਾਫੀ, ਅਤੇ ਉੱਥੇ ਸਟਾਰਬਕਸ ਵਗੈਰਾ ਹੁੰਦੇ ਆ। ਸਟਾਰਬਕਸ ਹੈਗੀ ਐਕਸਪੈਂਸਿਵ ਆ ਕਾਫੀ, ਬਟ ਘੈਂਟ ਆ, ਟੇਸਟ ਘੈਂਟ ਆ। ਅਤੇ ਸਟਾਰਬਕਸ ਦਾ ਨਾਮ ਲਿਆ ਸੀਗਾ ਕਿ ਆਹ ਸਟਾਰਬਕਸ ਦਾ ਬੋਰਡ ਵੀ ਲੰਘ ਗਿਆ ਇੱਕ, ਇਹਨਾਂ ਨੇ ਸਟੱਫ ਘੈਂਟ ਆ ਇਹਨਾਂ ਦਾ ਹੈ ਨਾ, ਪ੍ਰੋਡਕਟ ਘੈਂਟ ਆ। ਟਿਮ ਹੋਟਲ ਦੀ ਕਾਫੀ ਮਿਲ ਜਾਂਦੀ ਆ $2 ਕੈਨੇਡੀਅਨ ਦੀ ਹੈ ਨਾ, ਕੈਨੇਡੀਅਨ $2 ਦੀ ਟਿਮ ਹੋਟਲ ਦੀ ਕਾਫੀ ਮਿਲ ਜਾਂਦੀ ਆ। ਅਤੇ ਬਟ ਜਿਹੜੀ ਸਟਾਰਬਕਸ ਵਾ ਉਹ $5.5-6 ਦੀ US, $5.5-6 ਦੀ ਇੱਕ ਕਾਫੀ ਮਿਲਦੀ ਆ ਹੈ ਨਾ ਸਟਾਰਬਕਸ ਦੀ।
ਮਤਲਬ ਕਿ ਕੈਨੇਡੀਅਨ ਲਾ ਲਓ ਤੁਸੀਂ ਉਹੀ $6.5-$7 $7 ਦੀ ਇੱਕ ਕੌਫੀ ਆ ਤੇ ਐਕਸਪੈਂਸਿਵ ਆ ਬਟ ਇਹ ਆ ਕਿ ਘੈਂਟ ਆ ਕੰਮ ਹਨਾ ਟੇਸਟੀ ਆ ਆਹ ਸਟੈਪ ਡੈੱਕ ਜਾਂਦੇ ਹਨਾ ਆਹ ਸਟੈਪ ਡੈੱਕ ਆ ਇੱਕ ਫਲੈਟ ਬੈੱਡ ਹੁੰਦਾ ਪੂਰਾ ਪਲੇਨ ਹੁੰਦਾ ਹਨਾ ਤੇ ਇਹਦੇ ਉੱਤੇ ਦੇਖਿਓ ਤੁਸੀਂ ਨਿਗਾਹ ਮਾਰ ਕੇ ਦੇਖਿਓ ਇੱਕ ਵਾਰ ਸਟੈਪ ਬਣਿਆ ਹੋਇਆ ਹਨਾ ਜੇ ਮੈਂ ਨਹੀਂ ਗਲਤ ਹੈਗਾ ਜੇ ਮੈਂ ਸਹੀ ਹਾਂ ਇਹਨੂੰ ਸਟੈਪ ਡੈੱਕ ਕਹਿ ਦਿੰਦੇ ਆਪਾਂ ਤੇ ਬੜਾ ਕੰਮ ਆ ਪੈਸਾ ਬਹੁਤ ਇਹਨਾਂ ਚੀਜ਼ਾਂ ਦੇ ਵਿੱਚ ਫਲੈਟ ਬੈੱਡ ਦੇ ਵਿੱਚ ਸਟੈਪ ਡੈੱਕ ਦੇ ਵਿੱਚ ਬਹੁਤ ਫਾਇਦਾ ਬਾਹਲਾ ਪੈਸਾ ਬਣਦਾ ਹਾਰਡ ਵਰਕ ਵੀ ਆ ਇਹ 'ਚ ਲੋਡ ਸਕਿਓਰ ਕਰਨਾ ਹੈ ਨਾ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਇਹ 'ਚ ਇਹ ਨਹੀਂ ਕਿ ਸਾਡੇ ਵਾਂਗੂ ਨਹੀਂ ਹੈ ਕਿ ਇੱਕ ਵਾਰੀ ਲੋਡ ਲੱਦਿਆ ਅਤੇ ਚੱਕ ਕੇ ਇਹਦੇ ਤੁਰ ਪਏ ਜਿੱਥੇ ਲਾਉਣਾ ਉਦੋਂ ਉੱਥੇ ਦੇਖਣਾ ਜਾ ਕੇ ਬਾਅਦ ਭਾਵੇਂ ਮੇਰੇ ਵਰਗਾ ਖਿਲਾਰ ਕੇ ਬੈਠਾ ਹੋਵੇ ਜਿੱਦਾਂ ਮੈਂ ਖਿਲਾ ਰਿਹਾ ਸੀ ਹੈ ਨਾ ਲਾਸਟ ਵੀਕ ਅਤੇ ਇਹਦੇ ਇੱਦਾਂ ਨਹੀਂ ਹੈਗਾ ਇਹਦੇ ਇੱਦਾਂ ਵਾ ਕਿ ਹਰ 2 ਘੰਟੇ ਬਾਅਦ ਜਾਂ 3 ਘੰਟੇ ਬਾਅਦ ਰੁਕ ਕੇ ਹੈ ਨਾ ਦੇਖਦੇ ਆ ਕਿ ਹਾਂ ਵੀ ਜਿਹੜੀਆਂ ਸਟਰੈਪਾਂ ਪਾਈਆਂ ਵਾ ਜਾਂ ਜਿਹੜੇ ਸੰਗਲ ਪਾਏ ਹੋਏ ਆ ਉਹ ਢਿੱਲੇ ਤਾਂ ਨਹੀਂ ਹੋਏ ਕਿਉਂਕਿ ਢਿੱਲੇ ਹੋ ਜਾਂਦੇ ਆ ਨਾ ਮਸ਼ੀਨਰੀ ਆ ਚੱਲਦੀ ਆ ਟੋਇਆਂ 'ਚ ਵੱਜਦੀ ਆ ਅਤੇ ਟੋਇਆਂ 'ਚ ਵੱਜ ਕੇ ਹੁਣ ਸਟਰੈਪਾਂ ਢਿੱਲੀਆਂ ਵੀ ਹੋ ਸਕਦੀਆਂ ਹੈ ਨਾ ਅਤੇ ਸੰਗਲ ਜਿਹੜੇ ਉਹ ਢਿੱਲੇ ਵੀ ਹੋ ਸਕਦੇ ਆ ਤੁਸੀਂ ਸਾਹਮਣੇ ਬੱਦਲ ਦੇਖੋ ਬੱਦਲ ਵਾਲਾ ਤਾਂ ਘੈਂਟ ਕੰਮ ਬਣਿਆ ਪਿਆ ਆਹ ਸੱਜੇ ਪਾਸੇ ਲੰਘ ਗਿਆ ਪਲਾਜ਼ਾ ਸਰਵਿਸ ਏਰੀਆ ਲੰਘ ਗਿਆ ਇਹਦੇ 'ਚ ਸਟਾਰਬਕਸ ਹੈਗਾ ਸੀਗਾ ਬਟ ਹਾਲੇ ਨਹੀਂ ਆਪਣਾ ਆਪਾਂ ਰੁਕਣਾ ਆਪਾਂ ਰੁਕਾਂਗੇ ਥੋੜ੍ਹੇ ਟਾਈਮ ਬਾਅਦ ਅਤੇ ਸਾਹਮਣੇ ਬੱਦਲ ਦੇਖੋ ਕਿਹੜਾ ਘੈਂਟ ਨਜ਼ਾਰਾ ਹੈ ਨਾ ਸਿਰਾ ਮੌਸਮ ਹੋਇਆ ਪਿਆ ਇਸੇ ਮੌਸਮ ਦੇ ਵਿੱਚ ਡਰਾਈਵ ਕਰਨ ਦਾ ਮਜ਼ਾ ਸ਼ਾਮ ਤੱਕ ਧੁੱਪ ਨਿਕਲ ਜਾਣੀ ਦੇਖਿਓ ਅੱਖਾਂ ਅੰਨੀਆਂ ਕਰਨ ਵਾਲੀ ਉਦੋਂ ਖਿੱਚ ਚੜ੍ਹਨੀ ਉਦੋਂ ਬਹੁਤ ਜ਼ਿਆਦਾ ਖਿੱਚ ਚੜ੍ਹਨੀ ਉਦੋਂ ਬਾਕੀ ਸਫਾਈ ਨੂੰ ਮੰਨ ਸਕਦੇ ਹਾਂ ਆਪਾਂ ਹੈ ਨਾ ਕੈਨੇਡਾ ਅਮੈਰੀਕਾ ਦੀਆਂ ਸੜਕਾਂ ਕਿੰਨੀਆਂ ਸਾਫ਼ ਆ ਹੈ ਨਾ ਆਲੇ ਦੁਆਲੇ ਕੋਈ ਕਚਰਾ ਨਹੀਂ ਪਿਆ ਕੋਈ ਕੁਝ ਨਹੀਂ ਵਧੀਆ ਚੀਜ਼ਾਂ ਹੈ ਨਾ ਨਾਲੋ ਨਾਲ ਨਾ ਕੋਈ ਬੂਟੀਆਂ ਵਗੈਰਾ ਉੱਗੀਆਂ ਕਿੱਡੇ ਕਿੱਡੇ ਲੰਬੇ ਹਾਈਵੇ ਆ ਕਿੰਨੇ ਕਿੰਨੇ 1000 ਕਿਲੋਮੀਟਰ ਹੈ ਨਾ ਹਜ਼ਾਰਾਂ ਮੀਲਾਂ ਲੰਬੇ ਹਾਈਵੇ ਬਣਾਏ ਹੋਏ ਆ ਇਹਨਾਂ ਨੇ ਅਤੇ ਕੋਈ ਬੂਟੀ ਨਹੀਂ ਜੜੀ ਬੂਟੀ ਜਿੱਦਾਂ ਨਾ ਭੰਗ ਭੁੰਗ ਜਿਹੀ ਹੁੰਦੀ ਜਿੱਦਾਂ ਪਾਸਿਆਂ ਦੇ ਕੁਝ ਨਹੀਂ ਹੈਗਾ ਸਾਰਾ ਕੁਝ ਐਂ ਸਾਫ਼ ਕਰਕੇ ਰੱਖਦੇ ਆ ਸੜਕਾਂ ਸੁੜਕਾਂ ਕਚਰਾ ਕੁਚਰਾ ਸਾਰਾ ਕੁਝ $1000 ਫਾਈਨ ਆ ਜੇ ਕੋਈ ਕਚਰਾ ਸੁੱਟਦਾ ਫੜਿਆ ਗਿਆ ਤਾਂ $1000 ਸੋ ਕੈਮਰੇ ਕੁਮਰੇ ਵੀ ਲੱਗੇ ਹੁੰਦੇ ਆ ਕਾਫੀ ਕੈਮਰੇ ਲੱਗੇ ਹੁੰਦੇ ਆ ਸੜਕਾਂ ਦੀਆਂ ਸਾਈਡਾਂ 'ਤੇ ਨਿਗਰਾਨੀ ਰੱਖਦੇ ਆ ਪੂਰੀ ਵੈਸੇ ਤਾਂ ਬਟ ਫਿਰ ਵੀ ਉੱਦਾਂ ਵੀ ਜਾਂਦਾ ਡਰ ਕੇ ਰਹਿੰਦੀ ਆ ਪਰ ਕਈ ਗੋਰੇ ਹੁੰਦੇ ਆ ਕਈ ਪਾਗਲ ਹੁੰਦੇ ਆ ਗੋਰੇ ਜਿਹੜੇ ਨਹੀਂ ਡਰ ਕੇ ਰਹਿੰਦੇ ਖਾ ਪੀ ਗਿਆ ਵਾ ਅੰਦਰੋਂ ਹਲੇ ਆਪਣੇ ਕੋਲ ਅੱਜ ਦੀ ਡਰਾਈਵ 3 ਘੰਟੇ ਦੀ ਡਰਾਈਵ ਪਈ ਆ ਵੈਸੇ ਤਾਂ ਪਰ ਚੱਕਰ ਇੱਦਾਂ ਕਿ ਆਪਣੇ ਕੋਲ ਖੁੱਲ੍ਹਾ ਟਾਈਮ ਆ ਇਸ ਲੋਡ ਦੇ ਵਿੱਚ ਆਪਣਾ ਲੋਡ ਰੱਖਣਾ ਵਾ ਪਰਸੋਂ ਸੋ ਪਰਸੋਂ ਲੋਡ ਰੱਖਣਾ ਅਤੇ ਆਪਣਾ ਰਸਤਾ ਰਹਿ ਗਿਆ ਸਾਰਾ 8 ਘੰਟੇ ਦਾ ਰਸਤਾ ਰਹਿ ਗਿਆ ਸਾਰਾ 8 ਘੰਟੇ ਦਾ ਸੋ 4 ਘੰਟੇ ਅੱਜ ਚਲਾਊਂਗਾ ਮੈਂ ਬਾਕੀ ਤਾਂ ਕੱਲ੍ਹ ਦੁਪਹਿਰੇ ਦੁਪਹਿਰੇ ਉੱਠ ਕੇ ਚਲਾਊਂਗਾ ਅਤੇ ਮੈਨੂੰ ਲੱਗ ਗਈ ਭੁੱਖ ਅਤੇ ਮੈਂ ਕਿਹਾ ਕੁਝ ਖਾ ਪੀ ਲਈਏ ਲੰਚ ਕਰ ਲੈਂਦੇ ਹਾਂ ਕਿੰਨਾ ਟਾਈਮ ਹੋ ਗਿਆ ਲੰਚ ਨਹੀਂ ਕੀਤਾ ਦਿਨ ਦੀ ਰੋਟੀ ਖਾਈ ਦੀ ਅਤੇ ਰਾਤ ਦੀ ਰੋਟੀ ਖਾਈ ਦੀ ਬਸ ਸੌਂ ਲਈਦਾ ਸੀ ਹੁਣ ਮੇਰਾ ਦਾਦਾ ਦੁਪਹਿਰ ਦੀ ਰੋਟੀ ਵੀ ਖਾਧੀ ਜਾਵੇ ਆਪਾਂ ਨੂੰ ਪਰਸ ਚੱਕਣ ਦੀ ਜ਼ਰੂਰਤ ਨਹੀਂ ਪਰਸ ਚੱਕਣ ਦੀ ਤਾਂ ਨਹੀਂ ਜ਼ਰੂਰਤ ਕਿ ਆਪਾਂ ਹੈਗੇ ਲਾਸਟ ਟਰੈਵਲ ਸਟੋਪ 'ਤੇ ਸੋ ਆਪਣੇ ਪੁਆਇੰਟ ਕੰਮ ਕਰ ਜਾਣਗੇ ਇੱਥੇ
ਠੰਡ ਹੈਗੀ ਆ ਪਰ ਕਾਫੀ ਨਹੀਂ ਨਹੀਂ ਹੈਗੀ ਨਹੀਂ ਹੈਗੀ ਨਹੀਂ ਹੈਗੀ ਠੰਡ ਤਾਂ ਕਰਕੇ ਕਿਉਂਕਿ ਟੈਂਪਰੇਚਰ ਜਿਹੜਾ 21 ਡਿਗਰੀ ਤੱਕ ਪਹੁੰਚ ਗਿਆ ਵਾ ਸੋ ਧੁੱਪ ਲੱਗੀ ਆ ਦੇਖ ਰਹੇ ਹੋ ਨਾ ਤੁਸੀਂ ਸੂਰਜ ਰੀਫਰ ਤਾਂ ਆਪਾਂ ਬੰਦ ਕੀਤਾ ਆਵਾਜ਼ ਕਾਹਦੀ ਆ ਜਾਂਦੀ ਆ ਅੱਛਾ ਨਾਲ ਦੇ ਟਰੱਕ ਦੀ ਆ ਰਹੀ ਆ ਹੁਣ ਕਹਿੰਦੇ ਕਿ ਹਵਾ ਘੱਟ ਲੱਗਦੀ ਟਾਇਰ ਦੇ ਵਿੱਚ ਹਵਾ ਘੱਟ ਆ ਜਾਂ ਕੀ ਚੱਕਰ ਆ ਰਾਤ ਨੂੰ ਜਦੋਂ ਸਲੀਪ ਪਾਵਾਂਗੇ ਸਵੇਰੇ ਉੱਠਾਂਗੇ ਸੁੱਤੇ ਇਹਦਾ ਉਦੋਂ ਹੀ ਪਤਾ ਲੱਗੂਗਾ ਜਦੋਂ ਸਾਰੀ ਨਿਕਲੀ ਹੋਈ ਫਿਰ ਹਾਲ ਤਾਂ ਓਕੇ ਲੱਗਦਾ ਮੈਨੂੰ ਚਲੋ ਅੰਦਰ ਖਾਣੇ ਪੀਂਦੇ ਹਾਂ ਜਾ ਕੇ ਚਿਕਨ ਟੈਂਡਰਸ ਬਹੁਤ ਸਵਾਦ ਹੁੰਦੇ ਇਹਨਾਂ ਦੇ ਇਹਨਾਂ ਨੇ ਚਿਕਨ ਬ੍ਰੈਸਟ ਦੇ ਬਣਾਏ ਹੁੰਦੇ ਆ ਬੋਨਲੈਸ ਘੈਂਟ ਹੁੰਦੇ ਆ ਹਾਲੇ ਉਹਦੇ ਵਿੱਚ ਬਰਗਰ ਵੀ ਪਿਆ ਆਪਣਾ ਇਹ ਹੈਗਾ ਵਾ ਆਪਣਾ ਹੈਂਡ ਬਰੈਡਡ ਚਿਕਨ ਸੈਂਡਵਿਚ ਟੋਟਲ ਦਾ ਆਇਆ ਸਮਾਨ ਆਪਣਾ $10 ਦਾ ਜਿਹੜੇ ਕਿ ਪੁਆਇੰਟਾਂ ਦੇ ਵਿੱਚ ਆਪਾਂ $1 ਵੀ ਨਹੀਂ ਪੱਲੇ ਲਾਇਆ ਸੋ ਘੈਂਟ ਚੀਜ਼ ਆਏ ਘੈਂਟ ਸਟੋਰ ਆ ਇਹਨਾਂ ਦਾ ਵੈਸੇ ਆ ਸਾਰਾ ਕੁਝ ਰੱਖਿਆ ਹੁੰਦਾ ਇਹਨਾਂ ਨੇ ਇੱਥੇ ਐਨਰਜੀ ਡਰਿੰਕ ਆ ਇਹਨਾਂ ਨੇ ਇੱਧਰ ਤਾਂ ਇੱਥੇ ਤਾਂ ਬੇਰਾਂ ਵੀ ਹੈਗੀਆਂ ਇੱਥੇ ਬੇਰਾਂ ਵੀ ਹੈਗੀਆਂ ਇਹਨਾਂ ਦੇ ਲਿਖਿਆ ਹੀ ਹੈਗਾ ਪਰ ਹੈਗੀਆਂ ਨਹੀਂ ਖਾਲੀ ਕੀਤਾ ਹੋਇਆ ਇਹਨਾਂ ਨੇ ਚਲੋ ਆਪਣੇ ਰਹਿ ਗਏ 10 ਮਿੰਟ ਸਿਰਫ ਆਫ ਡਿਊਟੀ ਦੇ 10 ਮਿੰਟ ਕੰਪਲੀਟ ਕਰਕੇ ਫਿਰ ਨਿਕਲ ਜਾਣਾ ਆਪਾਂ ਹੁਣ ਤਾਂ ਬਾਬੇ ਉਹ 8:30 ਵਜੇ ਨਾਲ ਪਹੁੰਚਣਾ ਲੋਕੇਸ਼ਨ ਦੇ ਉੱਤੇ ਜਿੱਥੇ ਮੈਂ ਸੌਣਾ ਵਾਂ ਅਤੇ ਉੱਥੇ ਪਹੁੰਚ ਗਏ ਦੇਖਦੇ ਹਾਂ ਪਾਰਕਿੰਗ ਮਿਲਦੀ ਕਿ ਨਹੀਂ ਮਿਲਦੀ ਇੱਥੇ ਤਾਂ ਵਾਧੂ ਪਾਰਕਿੰਗਾਂ ਮੁੱਕਦੀਆਂ ਹੀ ਨਹੀਂ ਅਤੇ ਇੱਕ ਵਾਰ ਫਿਰ ਏਅਰ ਵੱਲ ਧਿਆਨ ਮਾਰ ਲਈਏ ਅਤੇ ਟਾਇਰ ਓਕੇ ਆ ਲੱਗਦਾ ਮੈਨੂੰ ਤਾਂ ਕੋਈ ਜਿਹੜਾ ਚੱਕਰ ਨਹੀਂ ਬਾਕੀ ਰਾਤ ਨੂੰ ਪਤਾ ਲੱਗੂਗਾ ਓਵਰ ਨਾਈਟ ਜਦੋਂ ਟਰੱਕ ਖੜ੍ਹਾ ਰਿਹਾ ਨਾ ਫਿਰ ਉਦੋਂ ਹੀ ਪਤਾ ਲੱਗੂ ਕੀ ਬਣਿਆ ਚੱਲ ਆਪਾਂ ਸੌਣਾ ਵੀ ਲਵ ਦਾ ਟਰੈਵਲ ਸਟੋਪ 'ਤੇ ਆ ਅਰਲੀ ਮਾਰਨਿੰਗ ਉੱਠ ਕੇ ਇੱਕ ਵਾਰੀ ਵੇਖ ਲੂੰਗਾ 7 ਵਜੇ ਨਾਲ ਹੈ ਨਾ ਕਿਉਂਕਿ ਉੱਥੋਂ ਸਿਰਫ ਆਪਾਂ ਨੂੰ 4 ਘੰਟੇ ਦਾ ਰਾਹ ਰਹਿ ਜਾਣਾ ਅਤੇ 7 ਵਜੇ ਨਾਲ ਉੱਠ ਕੇ ਦੇਖ ਲੂੰਗਾ ਕੀ ਬਣਦਾ ਕੀ ਚੀਜ਼ ਆ ਕੀ ਨਹੀਂ ਫਿਰ ਚੇਂਜ ਕਰਾ ਲਾਂਗੇ ਉੱਠ ਕੇ ਅਤੇ ਚਲੋ ਆਪਾਂ ਮਿਲਦੇ ਹਾਂ ਹੁਣ ਲੋਕੇਸ਼ਨ 'ਤੇ ਜਾ ਕੇ ਦੇਖਦੇ ਹਾਂ ਕਿੰਨੀਆਂ ਕੁ ਪਾਰਕਿੰਗਾਂ ਅਵੇਲੇਬਲ ਉੱਥੇ ਹਾਂਜੀ ਵੀ ਮੇਰੇ ਵੀਰੇ ਮਿਲ ਗਈ ਪਾਰਕਿੰਗ ਕਿਸਮਤ ਚੰਗੀ ਆ ਕਿ ਪਾਰਕਿੰਗ ਮਿਲ ਗਈ ਮੇਰੇ ਸਾਹਮਣੇ ਸਾਹਮਣੇ ਟਰੱਕ ਨਿਕਲਿਆ ਸੀਗਾ ਇੱਕ ਅਤੇ ਉਹਦੀ ਜਗ੍ਹਾ 'ਤੇ ਮੈਂ ਲਾਤਾ ਤੁਹਾਨੂੰ ਮੈਂ ਦਿਖਾਉਂਦਾ ਪਹਿਲਾਂ ਮੈਂ ਉਹ ਗਲਤ ਜਗ੍ਹਾ 'ਤੇ ਲਾ ਕੇ ਬੈਠਾ ਸੀਗਾ ਸਾਹਮਣੇ ਉਹ ਜਿਹੜਾ ਟਰੱਕ ਲੱਗਾ ਨਾ ਜਿਹੜਾ ਨੀਲੇ ਦੇ ਨਾਲ ਸਵਿਫਟ ਦੇ ਨਾਲ ਪਹਿਲਾਂ ਸਵਿਫਟ ਦੇ ਨਾਲ ਮੇਰਾ ਲੱਗਾ ਸੀਗਾ ਟਰੱਕ ਅਤੇ ਉੱਥੇ ਪਾਰਕਿੰਗਾਂ ਨਹੀਂ ਹੈਗੀਆਂ ਪਾਰਕਿੰਗਾਂ ਇੱਥੇ ਖਤਮ ਹੋ ਜਾਂਦੀਆਂ ਵਾ ਇੱਥੇ ਖਤਮ ਹੋ ਜਾਂਦੀਆਂ ਮੈਂ ਇੱਧਰ ਮੂੰਹ ਕਰਕੇ ਲਾ ਦਿੱਤਾ ਸੀਗਾ ਹੈ ਨਾ ਉੱਥੇ ਟਰੱਕ ਅਤੇ ਮੈਂ ਹਜੇ ਸੌਣਾ ਨਹੀਂ ਸੀ ਹਜੇ 1-1.5 ਘੰਟਾ ਜੇ ਮੈਂ ਸੌਣਾ ਨਹੀਂ ਸੀ ਜਾਗਦਾ ਸੀ ਹਜੇ ਹੈ ਨਾ ਅਤੇ ਮੈਂ ਉੱਥੇ ਲਾ ਕੇ ਬਹਿ ਗਿਆ ਆਪਣਾ ਵਲੌਗ ਜਿਹੜਾ ਐਡਿਟ ਕਰਦਾ ਪਿਆ ਸੀ ਅਤੇ ਅਚਾਨਕ ਹੀ ਇੱਧਰੋਂ ਆਹ ਪਾਰਕਿੰਗ ਦੇ ਵਿੱਚੋਂ ਟਰੱਕ ਨਿਕਲ ਗਿਆ ਬਾਹਰ ਅਤੇ ਜਦੋਂ ਆਹ ਪਾਰਕਿੰਗ ਦੇ ਵਿੱਚ ਟਰੱਕ ਬਾਹਰ ਨਿਕਲਿਆ ਫਿਰ ਯਾਰਾਂ ਨੇ ਲਿਆਂਦਾ ਟਰੱਕ ਇੱਧਰੋਂ ਉੱਧਰ ਮੂੰਹ ਕਰਤਾ ਅਤੇ ਬੈਗ ਲਾਤਾ ਲਿਆ ਕੇ ਅਤੇ ਲੱਗ ਗਿਆ ਆਪਣੇ ਗੱਡੀਆਂ ਵਾਲਾ ਟਰੱਕ ਆ ਹੈ ਨਾ ਇਹਦੇ 'ਤੇ ਗੱਡੀਆਂ ਲੱਦਣ ਵਾਲਾ ਮਤਲਬ ਕਿ ਹੁਣ ਖਾਲੀ ਆ ਵੈਸੇ ਤਾਂ ਗੱਡੀਆਂ ਵਾਲਾ ਹੀ ਆ ਅਤੇ ਇੱਧਰ ਪਤਾ ਨਹੀਂ ਕਿਹੜਾ ਅਤੇ ਹੁਣ ਆਪਾਂ ਸੇਫ ਹਾਂ ਆਪਾਂ ਪਾਰਕਿੰਗਾਂ ਦੇ ਵਿੱਚ ਲਾਇਆ ਟਰੱਕ ਅਤੇ ਕਿਉਂਕਿ ਜੇ ਮੈਂ ਉੱਥੇ ਲੱਗਾ ਰਹਿਣ ਦਿੰਦਾ ਹੈ ਨਾ ਅਤੇ ਸਵੇਰ ਨੂੰ ਆਹ ਦੋਵੇਂ ਟਰੱਕ ਅਰਲੀ ਮੂਵ ਹੋ ਜਾਣੇ ਸੀਗੇ ਮੈਨੂੰ ਜਿੱਥੋਂ ਤੱਕ ਲੱਗਦਾ ਕਿਉਂਕਿ ਆਹ ਮੇਰੇ ਤੋਂ ਪਹਿਲਾਂ ਤਾਂ ਆ ਕੇ ਬੈਠੇ ਇੱਥੇ ਹੈ ਨਾ ਇਹਨਾਂ ਦੋਵਾਂ ਨੇ ਇਸ ਵਕਤ ਮੂਵ ਹੋ ਜਾਣਾ ਸੀ ਮੇਰਾ ਟਰੱਕ ਇਕੱਲੇ ਦਾ ਰਹਿ ਜਾਣਾ ਸੀ ਉੱਥੇ ਅਤੇ ਇੱਥੇ ਕੋਈ ਪਾਰਕਿੰਗ ਸਪੋਰਟ ਨਹੀਂ ਹੈਗਾ ਹੈ ਨਾ ਇੱਥੇ ਕੋਈ ਪਾਰਕਿੰਗ ਨਹੀਂ ਹੈਗਾ ਅਤੇ ਸਾਰਿਆਂ ਨੇ ਕਹਿਣਾ ਸੀ ਇਹਨੂੰ ਕੀ ਹੋ ਗਿਆ ਪਾਗਲ ਨੂੰ ਕਿੱਥੇ ਲਾ ਕੇ ਬੈਠਾ ਸਾਰਿਆਂ ਨੇ ਇਹੀ ਸੋਚਣਾ ਸੀਗਾ ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਮੈਂ
ਇੱਥੇ ਪਾਰਕਿੰਗ 'ਚ ਲਿਆ ਕੇ ਲਾਤਾ, ਸਬਰ ਕਰ ਲਿਆ ਥੋੜ੍ਹਾ ਜਿਹਾ ਹੈ ਨਾ ਵੀ, ਅਤੇ ਪਿੱਛੇ ਜਾ ਕੇ ਨਹੀਂ ਬਹਿ ਗਿਆ ਸੀ, ਜੇ ਮੈਂ ਪਿੱਛੇ ਜਾ ਕੇ ਬੈੱਡ 'ਤੇ ਪੈ ਜਾਂਦਾ ਹੈ ਨਾ ਪਰਦਾ ਲਾ ਕੇ, ਤਾਂ ਮੈਨੂੰ ਪਤਾ ਨਹੀਂ ਸੀ ਲੱਗਣਾ ਕਿ ਪਾਰਕਿੰਗ ਖਾਲੀ ਹੋਗੀ, ਸੋ ਇੱਦਾਂ ਪਾਰਕਿੰਗ ਖਾਲੀ ਹੋਗੀ। ਅਤੇ ਚਲੋ ਦੋਸਤੋ ਮੈਨੂੰ ਦਿਓ ਇਜਾਜ਼ਤ, ਵਲੋਗ ਵਧੀਆ ਲੱਗਾ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ, ਕਮੈਂਟ ਕਰਕੇ ਦੱਸ ਦੇਣਾ ਕਿਵੇਂ ਲੱਗਾ ਹੈ ਨਾ ਵੀ। ਅਤੇ ਬਾਕੀ ਅਗਲਾ ਜਿਹੜਾ ਜੋ ਹੋਊਗਾ ਸਫ਼ਰ ਆਪਣਾ ਇਸ ਗੇੜੇ ਦਾ ਨੈਕਸਟ ਵੀਡੀਓ ਦੇ ਵਿੱਚ ਆਊਗਾ। ਅਤੇ ਚਲੋ ਜੀ, ਬਾਏ ਬਾਏ, ਟਾਟਾ, ਟੇਕ ਕੇਅਰ।